ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਡੱਜ ਲਰਨਿੰਗ ਪੁਆਇੰਟ ਤੇ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜੀ ਪੀਐਸਟੈਟ 2024 ای وی ایس دی ایم سی کیو سیریز ਦਾ ਲੈਕਚਰ نمبر 6 ਲੈ ਕੇ ਆ ਰਹੇ ਹਾਂ ਜੀ ਤੇ ਸਾਡੇ ਟੈਲੀਗ੍ਰਾਮ ਚੈਨਲ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜੀ ਸਾਡੇ ਟੈਲੀਗ੍ਰਾਮ ਚੈਨਲ ਨੂੰ ਵੱਤ ਤੋਂ ਵੱਤ ਜੁਆਇਨ ਕਰੋ ਜੀ ਉੱਥੇ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਜਾਣਕਾਰੀ ਮਿਲਿਆ ਕਰੇਗੀ ਜੀ ਸ਼ੁਰੂ ਕਰਦੇ ਹਾਂ ਜੀ ਸੂਰਜ ਮੰਡਲ ਵਿੱਚ ਕਿਹੜਾ ਅਜੀਹਾ ਗ੍ਰਹਿ ਹੈ ਜਿਸ ਵਿੱਚ ਵਾਤਾਵਰਨ ਦੇ ਉਹ ਸਾਰੇ ਕਾਰਕ ਵਿਦਮਾਨ ਹਨ ਜਿਨ੍ਹਾਂ ਕਾਰਨ ਉੱਥੇ ਜੀਵਨ ਸੰਭਵ ਹੋਇਆ ਹੈ অপਸ਼ਨ A ਮੰਗਲ অপਸ਼ਨ B ਧਰਤੀ অপਸ਼ਨ C ਬੁੱਧ অপਸ਼ਨ D ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਜਿੰਦਾ অপਸ਼ਨ ਨੰਬਰ B ਧਰਤੀ ਅਗਲਾ ਕੁਐਸਚਨ ਜੀ ਵਾਤਾਵਰਨ ਸ਼ਬਦ ਦੇ ਅਰਥ ਵਿੱਚ ਸ਼ਾਮਲ ਹੈ অপਸ਼ਨ A ਵਾਤਾਵਰਨ ਦਾ ਭੌਤਿਕ ਪੱਖ অপਸ਼ਨ B ਵਾਤਾਵਰਨ ਦਾ ਮਨੋਵਿਗਿਆਨਕ ਪੱਖ অপਸ਼ਨ C ਵਾਤਾਵਰਨ ਦਾ ਸਮਾਜਿਕ ਪੱਖ অপਸ਼ਨ D ਉਪਰੋਕਤ ਸਾਰੇ ਪੱਖ ਰਾਈਟ ਆਨਸਰ ਹੈ ਜੀ ਇਹਦਾ অপਸ਼ਨ ਨੰਬਰ D ਉਪਰੋਕਤ ਸਾਰੇ ਪੱਖ ਅਗਲਾ ਕੁਐਸਚਨ ਜੀ ਵਾਤਾਵਰਨ ਦੇ ਸੰਦਰਭ ਵਿੱਚ ਕਿਹੜਾ ਤੱਥ ਸਹੀ ਹੈ? ਆਪਸ਼ਨ A ਵਾਤਾਵਰਨ ਜੈਵਿਕ ਤੱਤਾਂ ਦਾ ਸਮੂਹ ਹੈ। ਆਪਸ਼ਨ B ਵਾਤਾਵਰਨ ਅਜੈਵਿਕ ਤੱਤਾਂ ਦਾ ਸਮੂਹ ਹੈ। ਆਪਸ਼ਨ C ਵਾਤਾਵਰਨ ਜੈਵਿਕ ਤੇ ਅਜੈਵਿਕ ਤੱਤਾਂ ਦਾ ਸਮੂਹ ਹੈ। ਆਪਸ਼ਨ D ਉਪਰੋਕਤ ਵਿੱਚ ਕੋਈ ਨਹੀਂ। ਰਾਈਟ ਆਨਸਰ ਹੈ ਜਿੰਦਾ ਆਪਸ਼ਨ ਨੰਬਰ C ਵਾਤਾਵਰਨ ਜੈਵਿਕ ਅਤੇ ਅਜੈਵਿਕ ਤੱਤਾਂ ਦਾ ਸਮੂਹ ਹੈ। ਅਗਲਾ ਕੁਐਸਚਨ ਜੀ ਸਕੂਲ ਵਿੱਚ ਵਾਤਾਵਰਣ ਸਿੱਖਿਆ ਦਿੱਤੀ ਜਾਂਦੀ ਹੈ অপਸ਼ਨ ਏ ਪਾਸ਼ਾਵਾਂ ਦੁਆਰਾ অপਸ਼ਨ ਬੀ ਨਿਬੰਧਾਂ ਦੁਆਰਾ অপਸ਼ਨ ਸੀ ਖੇਡ-ਕੁੱਦ ਦੁਆਰਾ অপਸ਼ਨ ਡੀ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਜੀ ਇੰਦਾ অপਸ਼ਨ ਨੰਬਰ ਏ ਪਾਸ਼ਾਵਾਂ ਦੁਆਰਾ ਅਗਲਾ ਕੁਐਸਚਨ ਜੀ ਵਾਤਾਵਰਨ ਸਿੱਖਿਆ ਵਿੱਚ ਅਧਿਐਨ ਕੀਤਾ ਜਾਂਦਾ ਹੈ অপਸ਼ਨ ਏ ਵਾਤਾਵਰਨ ਦਾ অপਸ਼ਨ ਬੀ ਮਨੁੱਖ ਦਾ অপਸ਼ਨ ਸੀ ਵਾਤਾਵਰਨ ਤੇ ਮਨੁੱਖ ਦੇ ਆਪਸੀ ਸਬੰਧਾਂ ਦਾ অপਸ਼ਨ ਡੀ ਵਾਤਾਵਰਨ ਤੇ ਪ੍ਰਕਿਰਤੀ ਦੇ ਆਪਸੀ ਸਬੰਧਾਂ ਦਾ ਰਾਈਟ ਆਨਸਰ ਹੈ ਜੀ ਦਾ অপਸ਼ਨ ਨੰਬਰ ਸੀ ਵਾਤਾਵਰਨ ਤੇ ਮਨੁੱਖ ਦੇ ਆਪਸੀ ਸਬੰਧਾਂ ਦਾ ਅਗਲਾ ਕੁਐਸਚਨ ਜੀ कम बैक टू नेचर किसने कहा सी ऑप्शन ए वालेयर ऑप्शन बी रूसो ऑप्शन सी टैगोर ऑप्शन डी नेहरू राइट आंसर है Option B, जी इनका ऑप्शन नंबर बी रूसो अगला क्वेश्चन जी ਹੇਠ ਲਿਖਿਆਂ ਵਿੱਚੋਂ ਕਿਹੜਾ ਵਾਤਾਵਰਨ ਸਿੱਖਿਆ ਦੇ ਕਾਰਜ ਖੇਤਰ ਦੇ ਅੰਤਰਗਤ ਨਹੀਂ ਆਉਂਦਾ? অপਸ਼ਨ A ਵਾਤਾਵਰਨ ਦਾ ਗਿਆਨ, অপਸ਼ਨ B ਵਾਤਾਵਰਨ ਪ੍ਰਦੂਸ਼ਣ, অপਸ਼ਨ C ਆਰਥਿਕ ਉਨਤੀ, অপਸ਼ਨ D ਜਨਸੰਖਿਆ ਸਿੱਖਿਆ। ਰਾਈਟ ਆਨਸਰ ਹੈ ਜੀ ਇਹਦਾ অপਸ਼ਨ ਨੰਬਰ C ਆਰਥਿਕ ਉਨਤੀ। ਅਗਲਾ ਕੁਐਸਚਨ ਜੀ ਮਨੁੱਖੀ ਵਾਤਾਵਰਣ ਦਾ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਜੋ ਯੂਐਸਓ ਵੱਲੋਂ ਸਟਾਕਹੋਮ ਸਵੀਡਨ ਵਿੱਚ ਆਯੋਜਿਤ ਕੀਤਾ ਗਿਆ ਕਿਸ ਸਾਲ ਵਿੱਚ ਹੋਇਆ অপਸ਼ਨ A 1920 অপਸ਼ਨ B 1916 অপਸ਼ਨ C 1913 অপਸ਼ਨ D 1912 ਰਾਈਟ ਆਨਸਰ ਹੈ ਜਿੰਦਾ অপਸ਼ਨ ਨੰਬਰ D 1912 अगला क्वेश्चन जी आधुनिक विज्ञानक युग विश्व की गंभीर समस्या है ऑप्शन ए बेरोजगारी ऑप्शन बी गरीबी ऑप्शन सी वातावरण प्रदूषण ऑप्शन डी अनपढ़ता राइट right आंसर है जी इंता ऑप्शन नंबर सी वातावरण प्रदूषण अगला क्वेश्चन जी मुढ़ले रूप में बच्चे का समाजिक विकास किस उत्ते निर्भर करता है ऑप्शन ए स्कूल ते, ऑप्शन बी माता पिता ते, ऑप्शन सी समाज ते, ऑप्शन डी वातावरण ते। राइट आंसर है जी का ऑप्शन नंबर डी वातावरण ते। अगला क्वेश्चन जी वातावरण सिक्ख्या का अर्थ है ऑप्शन ए वातावरण बारे जानकारी ते कुशलता विकसित करना ऑप्शन बी वातावरण की समस्या को पहचानना। ऑप्शन सी वातावरण प्रदूषण रोकना ऑप्शन डी वातावरण तकनीकी का विकास राइट आंसर है जी इंता ऑप्शन नंबर ए वातावरण बारे कुशलता विकसित करना अगला क्वेश्चन जी ਵਾਤਾਵਰਨ ਸਿੱਖਿਆ ਦਾ ਮੁੱਖ ਉਦੇਸ਼ ਹੈ অপਸ਼ਨ A ਉਦਯੋਗੀਕਰਨ ਦੀ ਪ੍ਰਕਿਰਿਆ ਨੂੰ ਮੱਠਾ ਕਰਨਾ অপਸ਼ਨ B ਸ਼ੁੱਧ ਪੀਣ ਯੋਗ ਪਾਣੀ ਦੀ ਪੂਰਤੀ অপਸ਼ਨ C ਪ੍ਰਕਿਰਤਿਕ ਸਾਧਨਾਂ ਨੂੰ ਨਸ਼ਟ ਹੋਣ ਤੋਂ ਬਚਾਉਣਾ অপਸ਼ਨ D ਖਾਣ ਵਾਲੇ ਪਦਾਰਥਾਂ ਦੇ ਉਤਪਾਦਨ ਉੱਤੇ ਜ਼ੋਰ ਦੇਣਾ ਰਾਈਟ ਆਨਸਰ ਹੈ ਜੀ ਇੰਦਾ অপਸ਼ਨ ਨੰਬਰ C ਪ੍ਰਕਿਰਤਿਕ ਸਾਧਨਾਂ ਨੂੰ ਨਸ਼ਟ ਹੋਣ ਤੋਂ ਬਚਾਉਣਾ अगला क्वेश्चन जी वातावरण को अध्यापन स्थान मिलना चाहिए है ऑप्शन ए प्राथमिक पद्धर उत्ते ऑप्शन बी माध्यमिक प्धर उ ऑप्शन सी उच्च प्धर उ ऑप्शन डी सारे पदरों उत्ते राइट आंसर है जी का ऑप्शन नंबर ए प्राथमिक उत्ते अगला क्वेश्चन जी ਰਸ਼ਮੀ ਵਾਤਾਵਰਨ ਸਿੱਖਿਆ ਦਾ ਅਰਥ ਹੈ অপਸ਼ਨ A ਵਿਆਖਿਆਵਾਂ ਪਛਾਵਾਂ ਦੁਆਰਾ ਵਾਤਾਵਰਨ ਸਿੱਖਿਆ অপਸ਼ਨ B ਗੋਸ਼ਟੀਆਂ ਦੁਆਰਾ ਵਾਤਾਵਰਨ ਸਿੱਖਿਆ অপਸ਼ਨ C ਪ੍ਰਾਇਮਿਕ ਤੋਂ ਉੱਚ ਪੱਧਰੀ ਸਿੱਖਿਆ ਵਿੱਚ অপਸ਼ਨ D ਪਾਠਕ੍ਰਮਾਂ ਦੁਆਰਾ ਸਿੱਖਿਆ ਰਾਈਟ ਆਨਸਰ ਹੈ ਜੀ ਇਹਦਾ অপਸ਼ਨ ਨੰਬਰ D ਪਾਠਕ੍ਰਮਾਂ ਦੁਆਰਾ ਸਿੱਖਿਆ ਅਗਲਾ ਕੁਐਸਚਨ ਜੀ ਵਾਤਾਵਰਣ ਸਿੱਖਿਆ ਦਾ ਪਾਠਕ੍ਰਮ ਹੋਣਾ ਚਾਹੀਦਾ ਹੈ অপਸ਼ਨ ਏ ਇੱਕ ਸਮਾਨ অপਸ਼ਨ ਬੀ ਉਮਰ ਦੇ ਅਨੁਸਾਰ অপਸ਼ਨ ਸੀ ਸਿੱਖਿਆ ਪੱਧਰ ਦੇ ਅਨੁਸਾਰ অপਸ਼ਨ ਡੀ ਉਮਰ ਤੇ ਸਿੱਖਿਆ ਪੱਧਰ ਅਨੁਸਾਰ ਰਾਈਟ ਆਨਸਰ ਹੈ ਜੀ ਇਹਦਾ অপਸ਼ਨ ਨੰਬਰ ਡੀ ਉਮਰ ਤੇ ਸਿੱਖਿਆ ਪੱਧਰ ਅਨੁਸਾਰ ਅਗਲਾ ਕੁਐਸਚਨ ਜੀ ਨਵੀਨ ਗਿਆਨ ਤੇ ਨਵੀਨ ਪ੍ਰਤੀਕ్రియాਵਾਂ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਸਿੱਖਣ ਦੀ ਪ੍ਰਕਿਰਿਆ ਹੈ ਸਿੱਖਣ ਦੀ ਇਹ ਪਰਿਭਾਸ਼ਾ ਕਿਸ ਵਿਦਵਾਨ ਦੀ ਹੈ অপਸ਼ਨ A ਥਾਰਨਡਾਇਕ অপਸ਼ਨ B ਸਕਿਨਰ অপਸ਼ਨ C ਵੁੱਡਵਰਥ অপਸ਼ਨ D ਕਰੋ ਅਤੇ ਕਰੋ ਰਾਈਟ ਆਨਸਰ ਹੈ ਜਿੰਦਾ অপਸ਼ਨ ਨੰਬਰ C ਵੁੱਡਵਰਥ अगला क्वेश्चन जी सीखन की सही प्रक्रिया है ऑप्शन तो 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 ए सरल तो कठिन ऑप्शन बी कठिन तो सरल ऑप्शन सी सौखे तो गुंजलदार, ऑप्शन डी उपरोक्त सारे राइट आंसर है जी इनका ऑप्शन नंबर ए सरल तो कठिन अगला क्वेश्चन जी किस मनोविग्ञानी के सिक्खन नियम प्रसिद्ध हैं ऑप्शन ए थॉमसन ऑप्शन बी थानाइक ऑप्शन सी वुडवर्थ ऑप्शन डी क्रो एंड क्रो राइट आंसर है जी इंता ऑप्शन नंबर बी थानाइक अगला क्वेश्चन जी वातावरण सिक्ख्या के कार्य खेत्रा शामिल नहीं है ऑप्शन ए पौतिक रसायनिक जीव विज्ञान ऑप्शन बी समाज शास्त्र के इतिहास ऑप्शन सी इन्फॉर्मेन तकनीकी ऑप्शन डी भूंगोल अर्थशास्त्र राइट right आंसर है जी इंटा ऑप्शन नंबर सी इन्फॉर्मेन तकनीकी अगला क्वेश्चन जी ਸਮਾਜਿਕ ਵਿਗਿਆਨ ਵਿੱਚ ਸ਼ਾਮਲ ਹਨ অপਸ਼ਨ ਏ ਨੀਤੀ ਸ਼ਾਸਤਰ অপਸ਼ਨ ਬੀ ਦਰਸ਼ਨ ਸ਼ਾਸਤਰ অপਸ਼ਨ ਸੀ ਮਨੋਵਿਗਿਆਨ অপਸ਼ਨ ਡੀ ਉਪਰੋਕਤ ਸਾਰੇ ਰਾਈਟ ਆਨਸਰ ਹੈ ਜੀ ਇੰਦਾ অপਸ਼ਨ ਨੰਬਰ ਡੀ ਉਪਰੋਕਤ ਸਾਰੇ ਅਗਲਾ ਕੁਐਸਚਨ ਜੀ ਵਰਤਮਾਨ ਵਿਸ਼ੇ ਦਾ ਮੁੱਖ ਰੂਪ ਵਿੱਚ ਕਿਛੇ ਵਿਸ਼ੇ ਨਾਲ ਡੂੰਘਾ ਸੰਬੰਧ ਹੈ অপਸ਼ਨ A ਪੰਗੋਲ অপਸ਼ਨ B ਇਤਿਹਾਸ অপਸ਼ਨ C ਹਿਸਾਬ অপਸ਼ਨ D ਪੰਜਾਬੀ ਰਾਈਟ ਆਨਸਰ ਹੈ ਜਿੰਦਾ অপਸ਼ਨ ਨੰਬਰ A ਪੰਗੋਲ ਅਗਲਾ ਕੁਐਸਚਨ ਜੀ ਮਾਨਵ ਜੀਵਨ ਲਈ ਲੋੜੀਂਦੀਆਂ ਵਸਤਾਂ, ਗਿਆਨਸਾ ਤੇਲ ਆਦ ਨੂੰ ਵਾਤਾਵਰਣ ਵਿਸ਼ੇ ਵਿੱਚ ਸ਼ਾਮਲ ਕਰਨ ਦਾ ਪ੍ਰਮੁੱਖ ਕਾਰਨ ਹੈ। ਆਪਸ਼ਨ A ਉਪਲਬਧਤਾ ਜਾਣਨ ਲਈ ਆਪਸ਼ਨ B ਨਸ਼ਟ ਕਰਨ ਲਈ ਆਪਸ਼ਨ C ਸੁਰੱਖਿਆ ਲਈ ਆਪਸ਼ਨ D ਉਦਯੋਗ ਉੱਤੇ ਪਾਬੰਦੀ ਲਗਾਉਣ ਲਈ ਰਾਈਟ ਆਨਸਰ ਹੈ ਜੀ ਇੰਦਾ ਆਪਸ਼ਨ ਨੰਬਰ C ਸੁਰੱਖਿਆ ਲਈ अगला क्वेश्चन जी वातावरण सिक्ख्या के अंतर्गत वक् विषय के कारण यह कहा जा सकता है कि ऑप्शन ए यह एक जटिल विषय है ऑप्शन बी इसका पाठक्रम अनिश्चित है ऑप्शन सी इसका पाठक्रम विस्तृत है ऑप्शन डी उपरोक्त उपरोक्तों कोई नहीं राइट right आंसर है जी इनका ऑप्शन नंबर सी इस पाठक्रम विस्तृत है ਅਗਲਾ ਕੁਐਸਚਨ ਜੀ ਆਪਣੇ ਪ੍ਰਕਿਰਤਿਕ ਆਲੇ ਦੁਆਲੇ ਵਿੱਚ ਵਾਪਰਨ ਵਾਲੀਆਂ ਪਿੰਨ-ਪਿੰਨ ਘਟਨਾਵਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਾਤਾਵਰਣ ਵਿਸ਼ੇ ਵਿੱਚ ਕਿਸ ਵਿਸ਼ੇ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ? ਆਪਸ਼ਨ A ਇਤਿਹਾਸ ਆਪਸ਼ਨ B ਪੰਗੋਲ ਆਪਸ਼ਨ C ਭੌਤਿਕ ਵਿਗਿਆਨ ਆਪਸ਼ਨ D ਰਸਾਇਣ ਵਿਗਿਆਨ ਰਾਈਟ ਆਨਸਰ ਹੈ ਜੀ ਦਾ অপਸ਼ਨ ਨੰਬਰ ਸੀ ਭੌਤਿਕ ਵਿਗਿਆਨ ਅਗਲਾ ਕੁਐਸਚਨ ਜੀ ਵਾਤਾਵਰਨ ਦੇ ਜੈਵਿਕ ਕਾਰਕਾਂ ਦਾ ਵਿਸਤ੍ਰਿਤ ਅਧਿਐਨ ਕਿਹੜੇ ਵਿਸ਼ੇ ਦੁਆਰਾ ਕੀਤਾ ਜਾਂਦਾ ਹੈ অপਸ਼ਨ ਏ ਭੂਗੋਲ অপਸ਼ਨ ਬੀ ਭੌਤਿਕ ਵਿਗਿਆਨ অপਸ਼ਨ ਸੀ ਰਸਾਇਣਿਕ ਵਿਗਿਆਨ অপਸ਼ਨ ਡੀ ਜੀਵ ਵਿਗਿਆਨ ਰਾਈਟ ਆਨਸਰ ਹੈ ਜੀ ਦਾ অপਸ਼ਨ ਨੰਬਰ ਡੀ ਜੀਵ ਵਿਗਿਆਨ ਅਗਲਾ ਕੁਐਸਚਨ ਜੀ ਜਲਵਾਯੂ ਨਾਲ ਸੰਬੰਧਿਤ ਪੁਰਵ ਅਨੁਮਾਨ ਲਈ ਵਾਤਾਵਰਣ ਦੇ ਪਾਠਕ੍ਰਮ ਵਿੱਚ ਕਿਹੜੇ ਵਿਸ਼ੇ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ অপਸ਼ਨ ਏ ਭੌਤਿਕ ਵਿਗਿਆਨ অপਸ਼ਨ ਬੀ ਜੀਵ ਵਿਗਿਆਨ অপਸ਼ਨ ਸੀ ਭੂਗੋਲ অপਸ਼ਨ ਡੀ ਉਪਰੋਕਤ ਸਾਰੇ ਰਾਈਟ ਆਨਸਰ ਹੈ ਜੀ ਦਾ অপਸ਼ਨ ਨੰਬਰ ਏ ਪੋਤਿਕ ਵਿਗਿਆਨ ਅਗਲਾ ਕੁਐਸਚਨ ਜੀ ਕਿਸ ਵਿਸ਼ੇ ਦੇ ਮਾਧਿਅਮ ਦੁਆਰਾ ਆਪਣੇ ਵਾਤਾਵਰਣ ਦੀਆਂ ਸ਼ਕਤੀਆਂ ਨੂੰ ਆਪਣੇ ਅਨੁਕੂਲ ਬਣਾਉਣ ਵਿੱਚ ਸਹਾਇਤਾ ਮਿਲਦੀ ਹੈ অপਸ਼ਨ ਏ ਪੰਗੋਲ অপਸ਼ਨ ਬੀ ਵਿਗਿਆਨ অপਸ਼ਨ ਸੀ ਸਮਾਜਿਕ ਵਿਗਿਆਨ অপਸ਼ਨ ਡੀ ਇਹਨਾਂ ਵਿੱਚੋਂ ਕੋਈ ਨਹੀਂ राइट आंसर है जी इनका ऑप्शन नंबर बी विज्ञान अगला क्वेश्चन जी हेठ विचों कही विधि वातावरण सिख्या के अनुकूल नहीं ऑप्शन ए विद्यक टूर ऑप्शन बी तर्जमा विधि ऑप्शन सी प्रश्नोत्तर विधि ऑप्शन डी विचार वटांदरा ਰਾਈਟ ਆਨਸਰ ਹੈ ਜੀ ਇਹਦਾ অপਸ਼ਨ ਨੰਬਰ ਬੀ ਤਰਜਮਾ ਵਿਧੀ ਅਗਲਾ ਕੁਐਸਚਨ ਜੀ ਤਤਕਾਲੀਨ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਿੱਖਣ ਦੀ ਕਿਹੜੀ ਕਿਰਿਆ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ অপਸ਼ਨ ਏ ਵਿਚਾਰ ਵਟਾਂਦਰਾ অপਸ਼ਨ ਬੀ ਵਾਦ-ਵਿਵਾਦ ਪ੍ਰਤੀਯੋਗਤਾ অপਸ਼ਨ ਸੀ ਨਵੀਆਂ ਘਟਨਾਵਾਂ ਦੀ ਨਕਲ অপশন ডি ਉਪਰੋਕਤ ਸਾਰੀਆਂ ਰਾਈਟ ਆਨਸਰ ਹੈ ਜੀ ਤਾਂ অপশন ਨੰਬਰ ਡੀ ਉਪਰੋਕਤ ਸਾਰੀਆਂ ਅਗਲਾ ਕੁਐਸਚਨ ਜੀ ਬਾਲ ਕੇਂਦ੍ਰਿਤ ਅਧਿਆਪਨ ਦਾ ਉਦੇਸ਼ ਹੁੰਦਾ ਹੈ অপশন এ ਵਿਦਿਆਰਥੀਆਂ ਵਿੱਚ ਮੁਕਤ ਟੰਗ ਦੁਆਰਾ ਸਿੱਖਣ ਦੀਆਂ ਯੋਗਤਾਵਾਂ ਦਾ ਵਿਕਾਸ ਕਰਨਾ অপশন ਬੀ ਵਿਦਿਆਰਥੀਆਂ ਵਿੱਚ ਸੁਤੰਤਰ ਕੋਸ਼ਲਾਂ ਦਾ ਵਿਕਾਸ ਕਰਨਾ অপশন ਸੀ ਵਿਦਿਆਰਥੀਆਂ ਵਿੱਚ ਸਵੈ ਵਿਸ਼ਵਾਸ ਤੇ ਆਤਮ ਨਿਰਭਰਤਾ ਦਾ ਵਿਕਾਸ ਕਰਨਾ অপਸ਼ਨ ਡੀ ਉਪਰੋਕਤ ਸਾਰੇ ਰਾਈਟ ਆਨਸਰ ਹੈ ਜੀ ਇਹਦਾ অপਸ਼ਨ ਨੰਬਰ ਡੀ ਉਪਰੋਕਤ ਸਾਰੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਦੇ ਜੀ ਜੀ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਜੀ ਜੀ ਧੰਨਵਾਦ